ਸ਼ਾਸਤਰੀ ਕਾਲਜੀ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਕਰਦੀਆਂ ਚੈਨਲ ਸਟੱਡੀਅਨ ਜੌਬਲਰਸ ਤੇ ਸਾਲ ਦੌਰੇ 24 ਦਾ ਮਈ ਮਹੀਨਾ ਚੱਲ ਰਿਹਾ ਹੈ ਤਕਰੀਬਨ ਸਾਰੇ ਹੀ ਬੱਚਿਆਂ ਦੀਆਂ ਬੋਰਡ ਪ੍ਰੀਖਿਆਵਾਂ ਮਕਮਲ ਹੋ ਚੁੱਕੀਆਂ ਨੇ ਅਤੇ ਇੱਕ ਦੋ ਬੋਰਡ ਕਲਾਸਾਂ ਨੂੰ ਛੱਡ ਕੇ ਸਿੱਖਿਆ ਵਿਭਾਗ ਦੇ ਵੱਲੋਂ ਨਤੀਜੇ ਵੀ ਐਲਾਨਤੇ ਗਏ ਨੇ ਤਾਂ ਹੁਣ ਸਾਰੇ ਹੀ ਵਿਦਿਆਰਥੀ ਗਰਮੀਆਂ ਦੀਆਂ ਛੁੱਟੀਆਂ ਦੀ ਉਡੀਕ ਕਰ ਰਹੇ ਨੇ ਇਸੇ ਹੀ ਵਿਚਕਾਰ ਸਿੱਖਿਆ ਵਿਭਾਗ ਦੇ ਵੱਲੋਂ ਵੱਡੀ ਆਪਰੇਟ ਵਿਦਿਆਰਥੀਆਂ ਨੇ ਕਾਰਡਿੰਗ ਨਿਕਲ ਕੇ ਸਾਹਮਣੇ ਆ ਚੁੱਕੀ ਆ ਪੰਜਾਬ ਸਕੂਲਾਂ ਬਾਰੇ 17 ਮਈ ਤੱਕ ਹੁਕਮ ਜਾਰੀ ਹੋਏ ਨੇ ਸੋ ਅੱਗੇ ਵੀਡੀਓ ਦੇ ਵਿੱਚ ਇਸ ਬਾਰੇ ਪੂਰੀ ਗੱਲਬਾਤ ਕਰਦੇ ਆ ਪਰ ਸਭ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਅਤੇ ਜੇਕਰ ਅਜੇ ਤੱਕ ਵੀ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਜ਼ਰੂਰ ਦਬਾ ਲਿਓ ਸ਼ੁਰੂ ਕਰਦੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਸਾਲਾਨਾ ਪ੍ਰੀਖਿਆਵਾਂ ਪੂਰੇ ਵਿਸ਼ਿਆਂ ਸਮੇਤ ਓਪਨ ਸਕੂਲ ਰੀਪੀਅਰ ਬਾਦੂ ਵਿਸ਼ਾ ਤੇ ਦਰਜਾ ਕਾਰਜਗੁਜ਼ਾਰੀ ਵਧਾਉਣ ਦੇ ਲਈ 12ਵੀਂ ਜਮਾਤ ਦਾ ਨਤੀਜਾ 30 ਅਪ੍ਰੈਲ ਨੂੰ ਐਲਾਨਿਆ ਜਾ ਚੁੱਕਿਆ ਏ ਇਸੇ ਵਿੱਚਕਾਰ ਹੀ ਇਹਨਾਂ ਪ੍ਰੀਖਿਆਵਾਂ ਦੇ ਨਾਲ ਸੰਬੰਧਤ ਪਰਖਿਆਰਤੀ ਜੇਕਰ ਰੀਚੈਕਿੰਗ ਕਰਵਾਉਣਾ ਚਾਹੁੰਦੇ ਨੇ ਤਾਂ ਇਸ ਦੇ ਲਈ ਆਨਲਾਈਨ ਫਾਰਮ ਅਤੇ ਫੀਸ ਭਰਨ ਦੇ ਲਈ 3 ਮਈ ਤੋਂ ਲੈ ਕੇ 17 ਮਈ ਤੱਕ ਦਾ ਸਮਾਂ ਪੀਐਸਸੀਬੀ ਜਾਣ ਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵੱਲੋਂ ਦਿੱਤਾ ਗਿਆ ਏ ਤਾਂ ਦੋਸਤੋ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਸਬੰਧੀ ਪ੍ਰਖਿਆਰਤੀ ਆਨਲਾਈਨ ਫਾਰਮ ਅਤੇ ਫੀਸ ਭਰਨ ਦੇ ਉਪਰੰਤ ਇਸ ਦਾ ਪ੍ਰਿੰਟ ਆਪਣੇ ਕੋਲ ਜੁਰੜ ਰੱਖਣਾ ਇਸ ਦੀ ਹਾਰਡ ਕਾਪੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਦੀ ਕੋਈ ਵੀ ਲੋੜ ਨਹੀਂ ਪਵੇਗੀ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਵਾਸਤੇ ਬੋਰਡ ਦੀ ਅਫੀਸ਼ੀਅਲ ਵੈਬਸਾਈਟ www.pscb.ac.in ਤੇ ਹਾਸਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਤਾਂ ਦੋਸਤੋ ਐਸੀ ਦੋਸਤੋ ਪੀਐਸਸੀਬੀ ਦੇ ਵੱਲੋਂ ਇੱਕ ਨਵਾਂ ਅਪਡੇਟ ਉਮੀਦ ਕਰਦਾ ਤੁਹਾਨੂੰ ਜਾਣ ਕਰੇ ਚੰਗੀ ਲੱਗੀ ਹੋਵੇਗੀ ਸ਼ੇਅਰ ਕਰ ਦਿਓ ਜੀ ਵੱਤਵਾਦ ਐਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਲਈ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰਾਖਾ